ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਅੱਜ ਕੱਲ੍ਹ ਲੋਕਾਂ ਦੇ ਦਿਨ ਰਾਤ ਦੇ ਤੌਰ ਤਰੀਕੇ ਇਸ ਕਦਰ ਬਦਲ ਗਏ ਨੇ ਕਿ ਨਾ ਤਾਂ ਖਾਣ ਦਾ ਪਤਾ ਨਾ ਸੌਣ ਦਾ ਪਤਾ ਬਸ ਦਿਨ ਤੇ ਰਾਤ ਭੱਜ ਦੌੜ ਵਿੱਚ ਲੰਘ ਜਾਂਦੀ ਹੈ ਕਈ ਲੋਕ ਐਜੇ ਹਨ ਜੋ ਰਾਤ ਨੂੰ ਵੀ 2 2 3 3 ਵਜਾ ਦੇ ਦਿੰਦੇ ਨੇ ਸੌਣ ਲੱਗਿਆ ਤੇ ਜਦੋਂ ਉੱਠਦੇ ਨਹੀਂ ਉਦੋਂ ਸੂਰਜ ਤਿੱਖੜ ਦੁਪਹਿਰ ਤੇ ਆਇਆ ਹੁੰਦਾ ਆਪਾਂ ਵਿੱਚੋਂ ਕੁਝ ਐਵੇਂ ਦੇ ਵੀ ਹੋਣਗੇ ਜਿਨ੍ਹਾਂ ਦਾ ਬਿਲਕੁਲ ਵਾਹਿਗੁਰੂ ਜੀ ਨਾਲੋਂ ਨਾਤਾ ਹੀ ਟੁੱਟ ਚੁੱਕਿਆ ਹੋਵੇਗਾ ਕਦੀ ਉਸ ਪਾਸੇ ਮੂੰਹ ਵੀ ਨਹੀਂ ਕੀਤਾ ਹੁਣ ਅਜੇ ਲੋਕ ਆਪਣੇ ਜੀਵਨ ਵਿੱਚ ਕੁਝ ਇਸ ਕਦਰ ਉਲਝੇ ਹੋ ਜਾਂਦੇ ਨੇ ਕੁਝ ਇਸ ਕਦਰ ਆਪਣੇ ਰੋਜ਼ੀਵਿਆਂ ਵਿੱਚ ਆਪਣੇ ਬਲਬੀਆਂ ਵਿੱਚ ਉਲਝੇ ਰਹਿੰਦੇ ਨੇ ਕਿ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਕਿ ਜੀਵਨ ਵਿੱਚ ਇੰਨੇ ਸਾਰੇ ਦੁੱਖ ਮੁਸ਼ਕਲਾਂ ਤੇ ਇੰਨੀਆਂ ਤਕਲੀਫਾਂ ਕਿਉਂ ਆ ਰਹੀਆਂ ਨੇ ਕਿਉਂ ਹਰ ਪਾਸੇ ਮੈਂ ਹੱਥ ਪਾਉਣਾ ਤੇ ਮੈਂ ਪਿੱਛੇ ਨੂੰ ਹੀ ਜਾਣਾ ਮੈਂ ਘਾਟੇ ਵਾਲੀ ਜਾਣਾ ਤੇ ਆਪਣੇ ਵਿੱਚੋਂ ਕੁਝ ਐਵੇਂ ਦੇ ਵੀ ਵਾਹਿਗੁਰੂ ਜੀ ਦੇ ਪਿਆਰੇ ਨੇ ਜਿਨ੍ਹਾਂ ਦੇ ਸਵੇਰ ਦੇ ਲਹੂ 4:00 ਵਜੇ ਉਹਨਾਂ ਦੇ ਅੰਮ੍ਰਿਤ ਵੇਲੇ ਦੀ ਸ਼ੁਰੂਆਤ ਹੋ ਜਾਂਦੀ ਉਹਨਾਂ ਵਾਸਤੇ ਉਹੀ ਉਮੀਦ ਉਹੀ ਆਸ ਤੇ ਉਹੀ ਨਵਾਂ ਸਵੇਰਾ ਜਿਸ ਦੇ ਵਿੱਚ ਉਹ ਇਹ ਲੱਭਦੇ ਨੇ ਕਿ ਅੱਜ ਸਭ ਕੁਝ ਵਧੀਆ ਹੋਏਗਾ ਲੋਕ ਇਸ ਸਮੇਂ ਜੋ ਉੱਠਦੇ ਨੇ ਇਸ਼ਨਾਨ ਕਰਦੇ ਨੇ ਤੇ ਵਾਗਰੂ ਦੀ ਕੁਰਬਾਨੀ ਨੂੰ ਜਪਦੇ ਨੇ ਉਹਨਾਂ ਦੇ ਘਰ ਹਰ ਸਮੇਂ ਖੁਸ਼ੀਆਂ ਦੇ ਖੇੜੇ ਬਰਕਤਾਂ ਰਿਜਕ ਨੋ ਨਿੱਧੀਆਂ ਸਭ ਕੁਝ ਉਹਨਾਂ ਦੇ ਘਰ ਵਾਸ ਕਰਦਾ ਉਹਨਾਂ ਦੇ ਘਰ ਕਿਸੇ ਚੀਜ਼ ਦੀ ਕਦੀ ਵੀ ਤੋਟ ਨਹੀਂ ਆਉਂਦੀ ਪਰ ਦੂਜੇ ਪਾਸੇ ਜੇਕਰ ਆਪਾਂ ਵੇਖੀਏ ਤਾਂ ਜੋ ਰਾਤ ਨੂੰ ਬੜੀ ਲੇਟ ਸੌਂਦੇ ਨੇ ਪਰਮਾਤਮਾ ਦੇ ਨਾਮ ਤੋਂ ਕੋਹਾਂ ਦੂਰ ਨੇ ਕਦੇ ਗੁਰੂ ਘਰ ਵੱਲ ਮੁੱਖ ਨਹੀਂ ਕੀਤਾ ਉੱਥੇ ਸਿਰਫ ਤੇ ਸਿਰਫ ਦੁੱਖ ਤੇ ਤਕਲੀਫਾਂ ਹੀ ਆਉਂਦੀਆਂ ਨੇ ਜੇਕਰ ਇਸ ਸਭ ਤੋਂ ਤੁਸੀਂ ਦੂਰੀ ਬਣਾਣਾ ਚਾਹੁੰਦੇ ਹੋ ਭਾਵ ਦੁੱਖਾਂ ਤੋਂ ਮੁਕਤੀ ਚਾਹੁੰਦੇ ਹੋ ਤੇ ਘਰ ਪਰਿਵਾਰ ਦੇ ਜੀਵ ਹੀ ਨਿਰੋਗ ਰਹਿਣ ਖੁਸ਼ ਰਹਿਣ ਬੱਚਿਆਂ ਵਿੱਚ ਜਿਹੜੀ ਹੈ ਤੰਦਰੁਸਤੀ ਰਵੇ ਅਤੇ ਚੰਗਾ ਪੜ੍ਹਨ ਲਿਖਣ ਹਰੇਕ ਕੰਮ ਵਿੱਚ ਅੱਗੇ ਵਧੇ ਜਾਂ ਵਪਾਰ ਵਿੱਚ ਵਾਧਾ ਹੋਵੇ ਸਾਰੀ ਜ਼ਿੰਦਗੀ ਜਿਹੜੀ ਉਥਲ ਪੁਥਲ ਹੋਈ ਪਈ ਹੈ ਜਿਸ ਵਿੱਚ ਹਰ ਸਮੇਂ ਮੁਸੀਬਤਾਂ ਨੇ ਇਹ ਤਕਲੀਫਾਂ ਦੂਰ ਹੋਣ ਤੇ ਘਰ ਖੁਸ਼ੀਆਂ ਹੋਣ ਤਾਂ ਉਸ ਲਈ ਇਹ ਜ਼ਰੂਰ ਕਰੋ ਜਦੋਂ ਵੀ ਐਵੇਂ ਹੋਵੇ ਕਿ ਰਾਤ ਨੂੰ ਲਾਲੋ 3 ਤੋਂ ਲੈ ਕੇ ਤੁਹਾਡੀ 5 ਵਜੇ ਕਦੀ ਵੀ ਜਾਗ ਖੁੱਲੇ ਪਹਿਲਾਂ ਤਾਂ ਇਹੀ ਉਦਦਮ ਕਰੋ ਕਿ ਉੱਠ ਜਾ ਜੇਕਰ ਤੁਸੀਂ ਉਸ ਸਮੇਂ ਨਹੀਂ ਉੱਠਦੇ ਤਾਂ ਉਸ ਸਮੇਂ ਇਹ ਸ਼ਬਦ ਦਾ ਜਾਪ ਕਰੀ ਜਾ ਸਾਚਾ ਸਾਇਬ ਸਾਚਨੈ ਪੱਖਿਆ ਪਉ ਅਪਾਰ ਆਖੇ ਮੰਗੈ ਦੇਈ ਦੇ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰੱਖੀ ਹੈ ਜੇ ਤਿੱਸੇ ਦਰਬਾਰ ਮੋਹੋ ਕੇ ਬੋਲਣ ਬੋਲੀਏ ਜਿੱਤ ਸੁਣੇ ਧਰੇ ਪਿਆਰ ਅੰਮ੍ਰਿਤ ਵੇਲਾ ਸਾਜਣਾ ਵੜਿਆਈ ਵਿਚਾਰ ਕਰਮੀਆਂ ਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਏ ਸਾਬਾ ਪੇ ਸਚਿਆਰ ਇਨ੍ਹਾਂ ਪੰਕਤੀਆਂ ਦਾ ਉਹਨਾਂ ਸਮਾਂ ਜਾਪ ਕਰਦੇ ਰਹੋ ਜਦੋਂ ਤੁਸੀਂ ਜਾਪ ਕਰਦੇ ਰਹੋਗੇ ਤੇ ਪੰਕਤੀਆਂ ਦਾ ਹੌਲੀ-ਹੌਲੀ ਜਦੋਂ ਅਰਥ ਸਮਝ ਆ ਗਿਆ ਜ਼ਿੰਦਗੀ ਦੇ ਵਿੱਚ ਤੁਸੀਂ ਇਹਨਾਂ ਨੂੰ ਸ਼ਾਮਿਲ ਕਰ ਲਿਆ ਤੇ ਜ਼ਿੰਦਗੀ ਬਹੁਤ ਸੋਹਣੀ ਹੋ ਜਾਏਗੀ ਤੇ ਫਿਰ ਜ਼ਿੰਦਗੀ ਵਿੱਚ ਹਰ ਖੁਸ਼ੀ ਆਏਗੀ ਜੋ ਤੁਸੀਂ ਚਾਹੁੰਦੇ